ਉੱਥੇ ਭਾਜਪਾ ਆਗੂ ਡਾਕਟਰ ਲਕਸ਼ਮੀਕਾਂਤਾ ਚਾਵਲਾ ਵੱਲੋਂ ਨਸ਼ਿਆਂ ਖਿਲਾਫ ਇੱਕ ਖਾਸ ਮੁਹਿੰਮ ਚਲਾਈ ਜਾ ਰਹੀ ਹੈ ਜਿਸ ਤਹਿਤ ਉਹ ਇੱਕ ਇਲਾਕੇ ਨੂੰ ਗੋਦ ਲੈਂਦੇ ਨੇ ਅਤੇ ਉਸ ਇਲਾਕੇ ਨੂੰ ਨਸ਼ਾ ਮੁਕਤ ਬਣਾਉਂਦੇ ਨੇ। ਇਸੇ ਸੰਕਲਪ ਤਹਿਤ ਅੰਮ੍ਰਿਤਸਰ ਦੇ ਅਨਗੜ੍ਹ ਵਿੱਚ ਵੀ ਨਸ਼ੇ ਦੇ ਕਾਰੋਬਾਰ ਉੱਤੇ ਕਾਫੀ ਠੱਲ ਪਾਈ ਗਈ ਜਿੱਥੇ ਕਿ 11 ਪਰਿਵਾਰ ਜੋ ਮੁਹਿੰਮ ਤਹਿਤ ਨਸ਼ਾ ਵੇਚਣਾ ਛੱਡ ਚੁੱਕੇ ਨੇ ਉਹਨਾਂ ਪਰਿਵਾਰਾਂ ਨੂੰ ਸਨਮਾਨਿਤ ਕੀਤਾ ਗਿਆ। ਅੱਜ ਕਾ ਦਿਨ ਹਮਾਰੇ ਲਈ ਸ਼ਹਿਰ ਕੇ ਲਈ ਬੜੀ ਖੁਸ਼ੀ ਕਾ ਦਿਨ ਹੈ ਕਿ ਜਿਸ ਇਲਾਕੇ ਕੋ ਬੁਰਾ ਬੁਰਾ ਕਹਿ ਕੇ ਸਭ ਨੇ ਛੋੜਾ ਹੁਆ ਥਾ ਅਬ ਉਸ ਇਲਾਕੇ ਕੋ ਦੁਨੀਆ ਕੋ ਅੰਮ੍ਰਿਤਸਰ ਕੋ ਪਤਾ ਲੱਗ ਗਿਆ ਕਿ ਇਹ ਇਲਾਕਾ ਬੁਰਾ ਨਹੀਂ, ਬੁਰਾ ਪ੍ਰਬੰਧਨ ਥਾ, ਕੁਛ ਕਾਨੂੰਨ ਵਾਲੇ ਥੇ, ਕੁਛ ਰਾਜਨੇਤਾ ਥੇ, ਅਬ ਇਹ ਲੋਕ ਬੜੇ ਆਰਾਮ ਸੇ ਜ਼ਿੰਦਗੀ ਜੀਤੇ ਔਰ ਨਸ਼ੋਂ ਸੇ ਤੋਬਾ ਕਰ ਚੁੱਕੇ ਹੈ। ਜੋ ਕੋਈ ਨਸ਼ਾ ਵੇਚੇਗਾ ਉਸਕੋ ਇਲਾਕੇ ਵਾਲੇ ਖੁਦ ਹੀ ਨਿਪਟ ਲੇਂਗੇ। ਤੋ ਇਹ ਹਮਾਰੀ ਸੰਸਥਾ ਕਾ ਵੀ ਇਸਕੇ ਬਾਅਦ ਹਮਨੇ ਸਾਥੀ ਗੁਜਰਪੁਰਾ ਕੋ ਵੀ ਆਪਣੇ ਹੱਥ ਮੇ ਲਿਆ ਹੈ ਔਰ ਮੁਝੇ ਪੂਰਾ ਵਿਸ਼ਵਾਸ ਹੈ ਕਿ 6 ਮਹੀਨੇ ਬਾਅਦ ਗੁਜਰਪੁਰਾ ਕਾ ਵੀ ਕਾਇਆਕਲਪ ਹੋ ਜਾਏਗਾ।